ਹਾਂਜੀ ਬੇਟਾ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੀ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਹੱਲ ਕਰਾਂਗੇ 9ਵੀਂ ਅਤੇ 10ਵੀਂ ਜਮਾਤ ਲਈ ਇੱਕ ਕੁਇਜ਼ ਹੋਣਾ ਵੀ ਜਿਹੜਾ ਕਿ 5 ਤਰੀਕ ਨੂੰ ਸਕੂਲ ਲੈਵਲ ਤੇ ਹੋਣਾ ਹੈ 7 ਤਰੀਕ ਨੂੰ ਬਲੌਕ ਲੈਵਲ ਤੇ ਜ਼ਿਲ੍ਹਾ ਲੈਵਲ ਤੇ 9 ਤਰੀਕ ਨੂੰ ਤੇ 11 ਤਰੀਕ ਨੂੰ ਸਟੇਟ ਲੈਵਲ ਤੇ ਕੁਇਜ਼ ਹੋਣਾ ਹੈ ਕਿ ਉਹਦੇ ਵਿੱਚ ਮੇਨ ਸਾਰੇ ਵਿਸ਼ੇ ਨੇ ਆਪਣੇ ਚਾਰ ਵਿਸ਼ੇ ਨੇ ਉਹਦੇ ਵਿੱਚ ਇੱਕ ਵਿਸ਼ਾ ਮੈਥ ਵੀ ਹੈ 9ਵੀਂ ਦਸਵੀਂ ਲਈ ਮੈਥ ਦੇ ਕਿਹੋ ਜਿਹੇ ਕੁਐਸਚਨ ਤੁਹਾਨੂੰ ਪੁੱਛੇ ਜਾ ਸਕਦੇ ਆ ਉਹ ਆਪਾਂ ਤੁਹਾਡਾ ਚर्चा ਕਰਾਂਗੇ ਤੇ ਬੜੇ ਧਿਆਨ ਨਾਲ ਤੁਸੀਂ ਇਹਨਾਂ ਕੁਐਸਚਨਾਂ ਨੂੰ ਸਮਝਣਾ ਹੈ ਤੇ ਇਹਦੇ ਨਾਲ ਦੇ ਕੁਐਸਚਨ ਵੀ ਬੁੱਕ ਦੇ ਵਿੱਚੋਂ ਤੁਹਾਨੂੰ ਪਤਾ ਲੱਗ ਸਕਦੇ ਨੇ ਬੁੱਕ ਨੂੰ ਵੀ ਰੀਡ ਕਰਨਾ ਸਟੱਡੀ ਕਰਨਾ ਠੀਕ ਹੈ ਬਟਾ ਚਲੋ ਤਾਂ ਪਹਿਲਾ ਪ੍ਰਸ਼ਨ ਸਾਡਾ ਮੱਧ ਬਿੰਦੂ ਕਿਸੇ ਰੇਖਾ ਨੂੰ ਕਿਸ ਅਨੁਪਾਤ ਵਿੱਚ ਵੰਡਦਾ ਹੈ ਮੰਨ ਲਓ ਇਹ ਇੱਕ ਰੇਖਾ ਹੈ AB ਤੇ ਜਿਹੜਾ ਮੱਧ ਬਿੰਦੂ ਆ ਇੱਥੇ ਵਿਸ਼ਕਾਰ ਹੋਊਗਾ ਮੰਨ ਲਓ ਉਹ ਕਿਸੇ ਰੇਸ਼ ਅੱਧਾ ਇੱਧਰ ਹੈ ਗਿਆ ਅੱਧਾ ਇੱਧਰ ਮਤਲਬ ਇੱਕ ਹੀ ਸਾਈਡਰ ਹੈ ਗਿਆ ਇੱਕ ਹੀ ਸਾਈਡਰ ਮਤਲਬ ਕਿਹੜੇ ਅਨੁਪਾਤ ਚ ਬਣਦਾ ਵੀ ਇੱਕ ਅਨੁਪਾਤ ਇੱਕ ਵਿੱਚ ਬਣਦਾ ਹੈ ਕਿਸੇ ਲੀਪ ਦੇ ਸਾਲ ਵਿੱਚ 53 ਮੰਗਲਵਾਰ ਆਉਣ ਦੀ ਸੰਭਾਵਨਾ ਦੱਸੋ ਹੁਣ ਜਿਹੜਾ ਇੱਕ ਇੱਕ ਸਾਲ ਹੁੰਦਾ ਲੀਪ ਦਾ ਸਾਲ ਉਹਦੇ ਵਿੱਚ 366 ਦਿਨ ਹੁੰਦੇ ਨਾਰਮਲ ਦੇ ਵਿੱਚ 365 ਹੁੰਦੇ ਲੀਪ ਦੇ ਸਾਲ ਦੇ ਵਿੱਚ 366 ਮਤਲਬ 52 ਹਫ਼ਤੇ ਤਾਂ ਪੂਰੇ ਹੋ ਗਏ ਪਲੱਸ 2 ਦਿਨ ਵਾਧੂ ਠੀਕ ਹੈ 52 ਹਫ਼ਤੇ ਪੂਰੇ 2 ਦਿਨ ਵਾਧੂ ਹੁੰਦੇ ਨੇ ਕਿਉਂਕਿ 52 7 364 ਹੋ ਗਏ ਤੇ ਦੋ ਦੋ ਦਿਨ ਵਾਧੂ ਹੋਗੇ ਦੋ ਦਿਨ ਹੁਣ ਉਹ ਕਿਹੜੇ ਨੇ ਉਹਨਾਂ ਦੇ ਵਿੱਚੋਂ ਪਤਾ ਲੱਗੂ 52 ਹਫ਼ਤਾ ਦੇ ਵਿੱਚ 52 ਮੰਗਲਵਾਰ ਤਾਂ ਹੋਗੇ ਪਰ ਆਪਾਂ ਨੇ 53 ਮੰਗਲਵਾਰ ਦੀ ਪ੍ਰੋਬੈਬਿਲਿਟੀ ਦੱਸਣੀ ਹੈ ਸੰਭਾਵਨਾ ਦੱਸਣੀ ਹੈ ਤਾਂ ਦੋ ਦਿਨਾਂ ਦੇ ਵਿੱਚ ਜਿਹੜੇ ਵਾਧੂ ਦਿਨ ਨੇ ਉਹਨਾਂ ਵਿੱਚੋਂ ਜਿਹੜੇ ਦਿਨ ਆਪਣੇ ਕੋਲੇ ਦੋ ਬਚ ਗਏ ਉਹ ਹੋ ਸਕਦੇ ਨੇ ਵੀ ਸੋਮਵਾਰ ਤੇ ਮੰਗਲਵਾਰ ਹੋ ਸਕਦੇ ਨੇ ਮੰਗਲ ਤੇ ਬੁੱਧ ਹੋ ਸਕਦੇ ਨੇ ਠੀਕ ਹੈ ਬੁੱਧਵਾਰ ਤੇ ਵੀਰਵਾਰ ਹੋ ਸਕਦੇ ਨੇ ਵੀਰਵਾਰ ਤੇ ਸ਼ੁੱਕਰਵਾਰ ਹੋ ਸਕਦੇ ਨੇ ਠੀਕ ਹੈ ਉਸ ਤੋਂ ਬਾਅਦ ਸ਼ੁੱਕਰ ਤੇ ਸ਼ਨੀ ਹੋ ਸਕਦੇ ਨੇ ਸ਼ਨੀ ਤੇ ਐਤ ਹੋ ਸਕਦੇ ਨੇ ਐਤ ਤੇ ਸੋਮ ਹੋ ਸਕਦੇ ਨੇ ਮਤਲਬ ਟੋਟਲ ਆਪਣੇ ਕੋਲੇ ਪ੍ਰੋਬੈਬਿਲਿਟੀ ਕੀ ਆ ਵੀ 1 2 3 4 5 6 7 ਇਹਨਾਂ ਸੱਤਾਂ ਦੇ ਵਿੱਚੋਂ ਕੋਈ ਵੀ ਦੋ ਦੇਣਾ ਜਿਹੜੇ ਮਗਰਲੇ ਹੋ ਸਕਦੇ ਨੇ ਠੀਕ ਹੈ ਹੁਣ ਦੋ ਸੱਤ ਦੇ ਵਿੱਚੋਂ ਜਿਹੜਾ ਮੰਗਲਵਾਰ ਆ ਉਹ ਦੋ ਵਾਰ ਹੀ ਆ ਗਿਆ ਸੋਮਵਾਰ ਤੇ ਮੰਗਲਵਾਰ ਆ ਗਿਆ ਇੱਕ ਤਾਂ ਇੱਕ ਮੰਗਲਵਾਰ ਤੇ ਬੁੱਧਵਾਰ ਮਤਲਬ ਇੱਕ ਵਾਰ ਹੀ ਆ ਗਿਆ ਦੋ ਵਾਰ ਹੀ ਆ ਗਿਆ ਟੋਟਲ ਇੱਕ ਵਾਰੀ ਤਾਂ ਮੰਗਲਵਾਰ ਆਇਆ ਨਾ ਦੋਨਾਂ ਚੋਂ ਮਤਲਬ ਦੋ ਚਾਂਸਸ ਨੇ ਮੰਗਲਵਾਰ ਹੁੰਦੇ ਤਾਂ ਇਹਦੀ ਸੰਭਾਵਨਾ ਕਿੰਨੀ ਹੋਊਗੀ 2/7 ਹੋਊ secant square theta ਦਾ ਮੁੱਲ tan ਦੇ ਰੂਪ ਵਿੱਚ ਕੀ ਹੋਏਗਾ ਇਹ ਆਪਣੇ ਕੋਲੇ 10ਵੀਂ ਦੇ ਵਿੱਚ ਤਕੋਣਮਿਤੀ ਤਤਸਮਕ ਹੈ 10ਵੀਂ ਜਮਾਤ ਲਈ ਇਹ ਪ੍ਰਸ਼ਨ ਹੈ ਆਪਣੇ ਕੋਲੇ ਹੁੰਦਾ ਵੀ secant square theta 1 tan square theta ਤਕੋਣਮਿਤੀ ਦਾ ਤਤਸਮਕ ਹੈ ਇਹ ਤੁਹਾਨੂੰ ਜਾਦੀ ਹੋਏਗਾ ਨੈਕਸਟ ਹੈ ਕਿਹੜੇ ਗਣਿਤਦਾਨ ਨੇ ਸਭ ਤੋਂ ਪਹਿਲਾਂ ਕਾਰਟੀਜ਼ਨ ਪ੍ਰਣਾਲੀ ਦੀ ਖੋਜ ਕੀਤੀ ਤਾਂ ਕਿਸ ਨੇ ਕੀਤੀ ਸੀ ਵੀ ਇਹ ਅਸੀਂ ਨਿਰਦੇਸ਼ ਅੰਕ ਜਮਾਤ ਵਿੱਚ ਪੜ੍ਹਦੇ ਹਾਂ ਰੇਨੇ ਦਕਾਰਤੇ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਨਿਵਾਨ ਕੋਣ ਨਿਵਾਨ ਕੋਣ ਕਿਹੜਾ ਹੁੰਦਾ ਹੈ ਇਹ ਵੀ ਮੰਨ ਲਓ ਕੋਈ ਇਮਾਰਤ ਹੈ ਤਾਂ ਇਹ ਥੱਲੇ ਨੂੰ ਤਾਂ ਇਹ ਜਿਹੜੀ ਰੇਖਾ ਇੱਥੇ ਜੇ ਅਸੀਂ ਅੱਖ ਬਣਾਈਏ ਇੱਥੋਂ ਦੇਖ ਰਿਹਾ ਕੋਈ ਜਣਾ ਤਾਂ ਇਹ ਜਿਹੜੀ ਰੇਖਾ ਹੈ ਦ੍ਰਿਸ਼ਟੀ ਰੇਖਾ ਇਹ ਜਿਹੜੀ ਰੇਖਾ ਹੈ ਖਤिज ਰੇਖਾ ਵੀ ਠੀਕ ਹੈ ਆਹ ਕੋਣ ਆ ਜਿਹੜਾ ਨਿਵਾਨ ਕੋਣ ਬਣ ਗਿਆ ਤਾਂ ਇਹ ਨਿਵਾਨ ਕੋਣ ਆ ਜਿਹੜਾ ਉਹ ਦ੍ਰਿਸ਼ਟੀ ਰੇਖਾ ਤੇ ਖਤिज ਰੇਖਾ ਦੁਆਰਾ ਜਿਹੜਾ ਕੋਣ ਬਣਦਾ ਉਸ ਨੂੰ ਨਿਵਾਨ ਕੋਣ ਅਸੀਂ ਬੋਲਦੇ ਹਾਂ ਜੇਕਰ ਕਿਸੇ ਕਟੜਾ ਦੇ ਹੋਣ ਦੀ ਸੰਭਾਵਨਾ 0.85 ਆ ਤਾਂ ਨਾ ਹੋਣ ਦੀ ਸੰਭਾਵਨਾ ਕਿ ਹੋਊਗੀ 1 ਚੋਂ ਘਟ ਜੂਗੀ ਕਿਉਂਕਿ ਕਿਸੇ ਕਟੜਾ ਦੇ ਹੋਣ ਤੇ ਨਾ ਹੋਣ ਦੀ ਸੰਭਾਵਨਾ ਦਾ ਜੋੜ 1 ਹੁੰਦਾ ਨਾ ਤਾਂ 1 ਚੋਂ ਘਟਾ ਲਾਂਗੇ ਮਤਲਬ 0.15 ਆ ਜੂਗੀ ਠੀਕ ਹੈ ਜੀ ਨੈਕਸਟ ਕਿਹੜੇ ਗਣਿਤਦਾਨ ਨੇ ਸਭ ਤੋਂ ਪਹਿਲਾਂ ਪਾਈ ਨੂੰ ਦਸ਼ਮਲਵ ਦੇ ਸਥਾਨਾਂ ਦੇ ਰੂਪ ਵਿੱਚ ਹੱਲ ਕੀਤਾ ਸਭ ਤੋਂ ਪਹਿਲਾਂ ਕਿਸ ਨੇ ਕੀਤਾ ਸੀ ਵੀ ਆਰ ਕਮੀਡिज ਨੇ ਇੱਕ ਗਣਿਤਦਾਨ ਮੱਧਮਾਨ ਬੌਲਕ ਤੇ ਮੱਧਿਕਾ ਵਿੱਚ ਕੀ ਸਬੰਧ ਹੈ ਬਹੁਤ ਇੰਪੋਰਟੈਂਟ ਹੈ ਤਾਂ ਇਹ ਕੀ ਸਬੰਧ ਹੈ ਵੀ 3 ਮੱਧਿਕਾ ਬਰਾਬਰ ਬੌਲਕ 2 ਮੱਧਮਾਨ ਜਾਂ ਇਸ ਨੂੰ ਅਸੀਂ ਮੈਥ ਦੇ ਵਿੱਚ ਐਵੇਂ ਵੀ ਪੜਦੇ ਹਾਂ ਬੌਲਕ ਬਰਾਬਰ 3 ਮੱਧਿਕਾ 2 ਮੱਧਮਾਨ ਅਸੀਂ ਐਵੇਂ ਵੀ ਇਸ ਨੂੰ ਪੜਦੇ ਹਾਂ ਠੀਕ ਹੈ ਜੀ ਨੈਕਸਟ ਹੈ ਮਾਈਨਸ 100 ਅਤੇ -80 ਵਿਚਕਾਰ ਕਿੰਨੀਆਂ ਪ੍ਰਕਿਰਤਕ ਸੰਖਿਆਵਾਂ ਹੋਣਗੀਆਂ ਹੁਣ ਜਿਹੜੀਆਂ ਇਹਨਾਂ ਦੇ ਵਿਚਕਾਰ ਸੰਖਿਆਵਾਂ ਆਉਣਗੀਆਂ ਜਿਵੇਂ ਕਿ -99 -98 ਉੱਪ ਤੋਂ ਲੈ ਕੇ ਮਤਲਬ 81 ਤੱਕ ਹੋਣਗੀਆਂ ਵਿੱਚ ਵਿੱਚ ਤਾਂ ਇਹ ਜਿਹੜੀਆਂ ਸਾਰੀਆਂ ਸੰਖਿਆਵਾਂ ਨੇ ਇਹ ਸੰਪੂਰਨ ਸੰਖਿਆਵਾਂ ਨੇ ਪਰ ਆਪਾਂ ਨੂੰ ਪੁੱਛਿਆ ਹੋਇਆ ਵੀ ਪ੍ਰਕਿਰਤਕ ਸੰਖਿਆਵਾਂ ਤਾਂ ਇਹਦੇ ਵਿੱਚ ਕੋਈ ਵੀ ਪ੍ਰਕਿਰਤਕ ਸੰਖਿਆ ਨਹੀਂ ਹੋਊਗੀ x ਤੁਰੇ ਤੇ ਕਿਸੇ ਬਿੰਦੂ ਦੇ ਨਿਰਦੇਸ਼ ਅੰਕ ਕੀ ਹੋਣਗੇ x 0 ਮਤਲਬ y ਵਾਲਾ ਬਿੰਦੂ x ਤੁਰੇ ਤੇ 0 ਹੋਏਗਾ ਹੁਣ ਜੇ ਆਪਾਂ ਨੂੰ ਉਲਟ ਪੁੱਛ ਲੈਣ y ਤੁਰੇ ਤੇ ਫੇਰ ਅਸੀਂ ਕੀ ਲਿਖਾਂਗੇ 0 y ਮਤਲਬ x ਵਾਲਾ ਬਿੰਦੂ 0 ਹੋਏਗਾ x ਤੁਰੇ ਤੇ ਭੁਜ 0 ਹੁੰਦਾ x ਤੁਰੇ ਤੇ ਸੌਰੀ ਕੋਟੀ 0 ਹੁੰਦਾ y ਤੁਰੇ ਤੇ ਭੁਜ 0 ਹੁੰਦਾ ਨੈਕਸਟ ਕੁਐਸਚਨ ਹੈ ਤਿਰਪੋਇਦਾ ਕੇਂਦਰਕ ਮੱਧਕਾਂ ਨੂੰ ਕਿਸ ਅਨੁਪਾਤ ਵਿੱਚ ਬਣਦਾ ਮੋਸਟ ਇੰਪੋਰਟੈਂਟ ਕੁਐਸਚਨ ਤਾਂ ਮੱਧਕਾਂ ਨੂੰ 2 ਅਨੁਪਾਤ 1 ਵਿੱਚ ਬਣਦਾ ਹੈ ਠੀਕ ਹੈ ਨੋਟ ਕਰ ਲਓ ਤ੍ਰਿਪੋਜ ਦਾ ਕੇਂਦਰਕ ਆ ਜਿਹੜਾ ਮਧਕਾਂ ਨੂੰ ਦੋਨ ਪਾਸੇ ਇੱਕ ਵਿੱਚ ਬਣਦਾ ਹੈ ਤ੍ਰਿਪੋਜ ਦੇ ਅਰਧ ਪਰਮਾਪ ਦਾ ਸੂਤਰ ਇਹ ਵੀ ਅਸੀਂ ਹੀਰੋ ਦੇ ਸੂਤਰ ਵਿੱਚ ਵੀ ਪੜ੍ਹਦੇ ਆ ਜਿਹੜਾ ਅਸੀਂ ਹੀਰੋ ਦੇ ਸੂਤਰ ਵਿੱਚ ਐਸ ਕੱਢਦੇ ਆ ਉਸ ਨੂੰ ਅਸੀਂ ਅਰਧ ਪਰਮਾਪ ਬੋਲਦੇ ਆ ਠੀਕ ਹੈ ਤਾਂ ਉਹ ਕੀ ਹੁੰਦਾ ਤਿੰਨੇ ਪنجਾਵਾਂ ਦਾ ਜੋੜ ਉਹਨਾਂ ਤ੍ਰਿਪੋਜ ਦਾ ਪਰਮਾਪ ਕੀ ਹੋਊਗਾ ਉਹਦੀਆਂ ਤਿੰਨੇ ਪنجਾਵਾਂ ਦਾ ਕੀ ਕਰ ਦੋ ਜੋੜ ਹੁਣ ਜੇ ਅੱਧਾ ਪਰਮਾਪ ਕੱਢਣਾ ਤਾਂ ਦੋ ਨਾਲ ਭਾਗ ਵੀ ਕਰਨੀ ਪਊਗੀ ਠੀਕ ਹੈ a b c 2 ਕਿਸੇ ਜਮਾਤ ਵਿੱਚ ਕੁੱਲ ਵਿਦਿਆਰਥੀਆਂ ਵਿੱਚੋਂ 10 ਲੜਕੇ ਤੇ 20 ਲੜਕੀਆਂ ਹਨ ਲੜਕੇ ਨੂੰ ਕਲਾ ਦਾ ਮੀਟਰ ਬਣਨ ਦੀ ਸੰਭਾਵਨਾ ਤਾਂ ਲੜਕੇ ਨੂੰ ਮੀਟਰ ਬਣਨਾ ਲੜਕੇ ਦੇ ਉੱਪਰ ਲਿਖਾਂਗੇ ਟੋਟਲ ਕਿੰਨੇ ਆ ਵੀ 30 ਬੱਚੇ ਤਾਂ 10/30 ਜਾਂ 0 ਨਾਲ 0 ਕੱਟ ਦੋ ਕਿੰਨਾ ਆਜੂ 1/3 ਜੇਕਰ ਦੋ ਚਲਾਂ ਵਾਲੀਆਂ ਰੇਖੀ ਸਮੀਕਰਨਾਂ ਦੇ ਹਾਲੇਖ ਸਮਾਂਤਰ ਹੋਣ ਤਾਂ ਉਹਨਾਂ ਦੇ ਕਿੰਨੇ ਹੱਲ ਹੋਣਗੇ ਜੇ ਰਖਾਵਾਂ ਸਮਾਂਤਰ ਨੇ ਵੀ ਇੱਕ ਦੂਜੇ ਨੂੰ ਨਹੀਂ ਕੱਟ ਰਹੀਆਂ ਤਾਂ ਉਹਨਾਂ ਦਾ ਕੋਈ ਹੱਲ ਨਹੀਂ ਹੋਏਗਾ ਜੇ ਸੰਪਾਤੀ ਹੋਣੀ ਹੈ ਤਾਂ ਅਨੇਕ ਹੱਲ ਹੋਣਗੇ ਠੀਕ ਹੈ ਜੇ ਕਾਟਮੀਆਂ ਹੋਣੀਆਂ ਤਾਂ ਇੱਕ ਹੱਲ ਹੋਏਗਾ 1/2x ਦਾ ਜੁੜਨ ਜੋ ਉਲਟ ਕੀ ਹੋਏਗਾ ਮਤਲਬ ਜਿਹੜਾ ਇਹਨੂੰ ਜ਼ੀਰੋ ਬਣਾ ਦੂਗਾ ਤਾਂ ਮਾਈਨਸ ਕਰਦਾਂਗੇ ਕਿੰਨਾ ਹੋਊਗਾ -1/2x ਇਹਨੂੰ ਜੁੜਾਤਮਕ ਉਲਟ ਵੀ ਕਹਿੰਦੇ ਆ ਵੀ ਪਾਈਥਾਗੋਰਸ ਥੀਰਮ ਕਿਸ ਕਿਸਮ ਦੀ ਤ੍ਰਿਪੂਜ ਵਿੱਚ ਲਾਗੂ ਹੁੰਦੀ ਹੈ ਇਹ ਤਾਂ ਸਾਰੇ ਬੱਚਿਆਂ ਨੂੰ ਪਤਾ ਹੋਊਗਾ ਕਿਹੜੀ ਤ੍ਰਿਪੂਜ ਲੱਗ ਹੁੰਦੀ ਹੈ ਵੀ ਰਾਈਟ ਐਂਗਲ ਟ੍ਰਾਇੰਗਲ ਮਤਲਬ ਸਮਕੋਣ ਤ੍ਰਿਪੂਜ ਲਈ ਨੈਕਸਟ ਹੈ ਮੂਲ ਸਮਾਨ ਅਨੁਪਾਤ ਦਾ ਥਿਊਰਮ ਦਾ ਦੂਸਰਾ ਨਾਮ ਕੀ ਹੈ ਬੋਸਟ ਇੰਪੋਰਟੈਂਟ ਕੁਐਸਚਨ ਕੀ ਬੋਲਦੇ ਹਨ ਅਸੀਂ ਥੀਲਸ ਥਿਊਰਮ ਥੀਲਸ ਥਿਊਰਮ ਦੋ ਘਾਤੀ ਸਮੀਕਰਨ ਕੀ ਹੈ ਵੀ ਅਜਿਹੀ ਸਮੀਕਰਨ ਜਿਸ ਵਿੱਚ ਚਲਦੀ ਜਾਂ ਐਕਸ ਦੀ ਵੱਡੀ ਤੋਂ ਵੱਡੀ ਘਾਤ ਦੋ ਹੋਵੇ ਦੋ ਘਾਤੀ ਸਮੀਕਰਨ ਜਿਸ ਵਿੱਚ ਚਲਦੀ ਵੱਡੀ ਤੋਂ ਵੱਡੀ ਘਾਤੀ ਹੋਵੇ ਦੋ ਰੇਖੀ ਸਮੀਕਰਨ ਜਿਸ ਵਿੱਚ ਚਲਦੀ ਘਾਤ ਇੱਕ ਹੋਵੇ ਦੋ ਘਾਤੀ ਦੇ ਵਿੱਚ ਦੋ ਤਿੰਨ ਘਾਤੀ ਦੇ ਵਿੱਚ ਤਿੰਨ ਕਲੀਅਰ ਦੋ ਸੰਖਿਆਵਾਂ ਦਾ ਗੁਣਫਲ ਬਰਾਬਰ ਲ ਲ ਸਸਾ ਬਾਬਾ ਗੁਣਾ ਮਮਸਸਾ ਬਾਬਾ ਇਹ ਵੀ 10ਵੀਂ ਦੇ ਪਹਿਲੇ ਚੈਪਟਰ ਦੇ ਵਿੱਚ ਹੀ ਹੈ ਸੌਖੇ ਸੀ ਦੋ ਚਲਾਂ ਵਾਲੇ ਰੇਖੀ ਸਮੀਕਰਨ ਵਿੱਚ ਕਾਟਮੀਆਂ ਰੇਖਾਵਾਂ ਕਦੋਂ ਹੁੰਦੀਆਂ ਨੇ ਵੀ ਜਦੋਂ ਉਸ ਰੇਖੀ ਸਮੀਕਰਨ ਜੋੜੇ ਦਾ ਇੱਕ ਵਿਲੱਖਣ ਹੱਲ ਹੁੰਦਾ ਹੈ ਕਾਟਮੀ ਰੇਖਾਵਾਂ ਲਈ ਇੱਕ ਹੱਲ ਸੰਪਾਤੀ ਰੇਖਾਵਾਂ ਲਈ ਅਨੇਕ ਹੱਲ ਸਮਾਂਤਰ ਰੇਖਾਵਾਂ ਲਈ ਕੋਈ ਹੱਲ ਨਹੀਂ ਅਗਲਾ ਕੁਐਸਚਨ ਵੀ ਬਹੁਤ ਇੰਪੋਰਟੈਂਟ ਆ ਵੀ ਅੰਕਗਣਿਤਕ ਲੜੀਆਂ ਵਿੱਚ ਲਗਾਤਾਰ n ਪ੍ਰਕਿਰਤਕ ਸੰਖਿਆਵਾਂ ਦਾ ਜੋੜ ਕਿਸ ਦੇ ਬਰਾਬਰ ਹੁੰਦਾ n (n+1)/2 ਦੇ ਠੀਕ ਹੈ ਨੋਟ ਕਰ ਲਓ ਪਹਿਲੀਆਂ n ਪ੍ਰਕਿਰਤਕ ਸੰਖਿਆਵਾਂ ਦਾ ਜੋੜਫਲ ਜਾਂ ਪਹਿਲੀਆਂ n ਧਨਾਤਮਕ ਸੰਪੂਰਨ ਸੰਖਿਆਵਾਂ ਦਾ ਜੋੜਫਲ ਬਰਾਬਰ n (n+1)/2 ਹੁੰਦਾ sin θ ਤੇ cos θ ਦੇ ਵਰਗਾਂ ਦਾ ਜੋੜ ਕਿਸ ਦੇ ਬਰਾਬਰ ਹੁੰਦਾ ਦੇਖ ਲਓ ਵਰਗ ਕਰ ਦਿਓ ਤੇ ਜੋੜ ਕਰ ਦਿਓ ਮਤਲਬ sin² θ +cos2θ ਕਿਸ ਦੇ ਬਰਾਬਰ ਹੁੰਦਾ ਵੀ ਇਹ 1 ਦੇ ਇਹ ਵੀ ਆਪਣਾ ਤਕੋਣਮਿਤੀ ਤਤਸਮਕ ਹੈ ਨੈਕਸਟ ਹੈ ਬਿੰਦੂ 0 5 ਕਿਸ ਤੁਰੇ ਤੇ ਹੈ ਬਿੰਦੂ 0 5 ਹੁਣ ਤੁਸੀਂ ਦੇਖੋ ਵੀ ਇਹਦੇ ਵਿੱਚ x ਵਾਲਾ ਬਿੰਦੂ 0 ਹੈ ਜੇ x ਵਾਲਾ ਬਿੰਦੂ 0 ਹੈ ਤਾਂ ਇਹ y ਤੁਰੇ ਤੇ ਹੈ ਜੇ y ਵਾਲਾ ਬਿੰਦੂ 0 ਹੁੰਦਾ ਤਾਂ ਇਹ x ਤੁਰੇ ਤੇ ਹੋਣਾ ਸੀ ਨਿਰਦੇਸ਼ ਅੰਕ ਜਮਾਈਤੀ ਵਿੱਚ ਭੁਜ ਕੀ ਹੈ ਹੁਣ ਜਿਹੜਾ ਨਿਰਦੇਸ਼ ਅੰਕ ਜਮਾਈਤੀ ਵਿੱਚ ਅਸੀਂ ਭੁਜ ਬੋਲਦੇ ਆ ਉਹ ਕਿਸੇ ਬਿੰਦੂ ਦੀ y ਤੁਰੇ ਤੋਂ ਦੂਰੀ ਹੁੰਦੀ ਹੈ ਪੋਜਾ ਜਿਹੜਾ ਉਹ ਕੀ ਹੁੰਦਾ ਵੀ Y ਧੁਰੇ ਤੋਂ ਦੂਰੀ ਠੀਕ ਹੈ ਤੇ ਇਹਦੇ ਉਲਟ ਕੋਟੀ ਕੋਟੀ ਕੀ ਹੈ X ਧੁਰੇ ਤੋਂ ਦੂਰੀ ਠੀਕ ਹੈ X ਧੁਰੇ ਤੋਂ ਦੂਰੀ ਕੋਟੀ ਆ ਜਿਹੜਾ Y ਦਾ ਨਿਰਦੇਸ਼ਕ ਹੁੰਦਾ ਹੈ ਉਹ X ਧੁਰੇ ਤੋਂ ਦੂਰੀ ਹੁੰਦੀ ਹੈ ਪੋਜਾ ਜਿਹੜਾ X ਦਾ ਨਿਰਦੇਸ਼ਕ ਹੁੰਦਾ ਉਹ X Y ਧੁਰੇ ਤੋਂ ਦੂਰੀ ਹੁੰਦੀ ਹੈ ਧੁਰਿਆਂ ਦੇ ਕਾਟਵੇਂ ਬਿੰਦੂ ਨੂੰ ਅਸੀਂ ਕੀ ਬੋਲਦੇ ਹਾਂ ਜਿੱਥੇ ਦੋਨੇ ਬਿੰਦੂ ਦੋਨੇ ਤੁਰੇ ਕੱਟ ਜਾਂਦੇ ਨੇ ਉਸ ਨੂੰ ਅਸੀਂ ਕੀ ਬੋਲਦੇ ਆ ਵੀ ਮੂਲ ਬਿੰਦੂ ਠੀਕ ਹੈ ਤਿਰਪਤੀਆਂ ਬਰਾਬਰ ਭੁਜਾਵਾਂ ਦੇ ਸੰਮੁਖ ਕੋਣਾਂ ਵਿੱਚੋਂ ਇੱਕ ਕੋਣ 50 ਡਿਗਰੀ ਦਾ ਦੂਸਰਾ ਕੋਣ ਵੀ ਕਿੰਨਾ ਹੋਏਗਾ 50 ਡਿਗਰੀ ਦਾ ਹੀ ਹੋਏਗਾ ਕਿਉਂਕਿ ਤਿਰਪਤੀਆਂ ਬਰਾਬਰ ਭੁਜਾਵਾਂ ਦੇ ਸੰਮੁਖ ਕੋਣ ਵੀ ਬਰਾਬਰ ਹੁੰਦੇ ਆ ਚੱਕਰ ਦਾ ਕੇਂਦਰ ਚੱਕਰ ਦੇ ਕਿਸ ਭਾਗ ਵਿੱਚ ਸਥਿਤ ਹੁੰਦਾ ਹੈ ਤਾਂ ਬਹੁਤ ਸਿੰਪਲ ਹੈ ਅੰਦਰਲੇ ਭਾਗ ਵਿੱਚ ਸਮਰੇਖੀ ਬਿੰਦੂ ਕਿਹੜੇ ਹੁੰਦੇ ਆ ਵੀ ਜਿਹੜੇ ਇੱਕ ਹੀ ਰੇਖਾ ਤੇ ਸਥਿਤ ਹੋਣ ਜੇਕਰ ਤ੍ਰਿਪੁਜ ਦੀਆਂ ਭੁਜਾਵਾਂ ਦੋ ਪਜਾਮਾਂ ਦਾ ਜੋੜ ਤੀਜੀ ਪੂਜਾ ਨਾਲੋਂ ਛੋਟਾ ਹੋਵੇ ਤਾਂ ਬਣੀਆਂ ਮਤਲਬ ਕਿੰਨੀਆਂ ਤ੍ਰਿਪੁਜਾਂ ਬਣਨਗੀਆਂ ਸੰਖਿਆ ਦੱਸੋ ਨਾ ਜੇਕਰ ਤ੍ਰਿਪੁਜੀਆਂ ਕਿਸੇ ਵੀ ਦੋ ਪਜਾਮਾਂ ਦਾ ਜੋੜ ਅਸੀਂ ਕਹਿ ਲਈਏ ਤਾਂ ਤੀਜੀ ਪੂਜਾ ਤੋਂ ਛੋਟਾ ਹੋਵੇ ਤਾਂ ਉਹ ਤ੍ਰਿਪੁਜ ਨਹੀਂ ਬਣ ਸਕਦੀ ਠੀਕ ਹੈ ਉਹ ਤ੍ਰਿਪੁਜ ਸੰਭਵ ਨਹੀਂ ਜੇ ਅਸੀਂ ਤ੍ਰਿਪੁਜ ਬਣਾਉਣੀ ਹੈ ਤਾਂ ਕਿਸੇ ਵੀ ਦੋ ਪਜਾਮਾਂ ਦਾ ਜੋੜ ਹਮੇਸ਼ਾ ਤੀਜੀ ਪੂਜਾ ਤੋਂ ਵੱਡਾ ਹੋਣਾ ਚਾਹੀਦਾ ਨੈਕਸਟ ਹੈ 1 ਕਤੇ 5 ਦੇ ਵਿਚਕਾਰ ਕਿੰਨੀਆਂ ਪਰਮੇਸ਼ ਸੰਖਿਆਵਾਂ ਹੋ ਸਕਦੀਆਂ ਨੇ ਮੋਸਟ ਇੰਪੋਰਟੈਂਟ ਵੈਰੀ ਇੰਪੋਰਟੈਂਟ ਤੱਕ ਨੀਆਂ ਹੋ ਸਕਦੀਆਂ ਵੀ ਅਣਗਿਣਤ ਜਾਂ ਅਨੰਤ ਕੋਈ ਵੀ ਦੋ ਸੰਖਿਆਵਾਂ ਤੁਹਾਨੂੰ ਕਹਿ ਦੇਣ ਤੇ ਪਰਮੇਸ਼ ਸੰਖਿਆਵਾਂ ਰੈਸ਼ਨਲ ਨੰਬਰ ਉਹਨਾਂ ਦੇ ਵਿਚਕਾਰ ਪੁੱਛਾਂ ਤਾਂ ਸੋਲਡ ਆਨਸਰ ਕੀ ਹੋਏਗਾ ਅਣਗਿਣਤ ਵਰਗੰਤਰਾਲ 150 ਤੋਂ 160 ਦਾ ਵਰਗਚਨ ਕੀ ਹੋਏਗਾ ਵਰਗਚਨ ਕੀ ਹੁੰਦਾ ਹੈ ਹੇਠਲੀ ਸੀਮਾ ਪਲੱਸ ਉੱਪਰਲੀ ਸੀਮਾ ਵਟਾ 2 ਠੀਕ ਹੈ ਇਹਨਾਂ ਨੂੰ ਦੋਹਾਂ ਨੂੰ ਜੋੜ ਕਰਕੇ ਦੋਨਾ ਭਾਗ ਕਰ ਦੋ ਤਾਂ ਆਪਣੇ ਕੋਲ ਕਿੰਨਾ ਆਨਸਰ ਆ ਜਾਏਗਾ 155 ਇਹਨਾਂ ਦੇ ਵਿਚਕਾਰ 155 ਆਨਸਰ ਆ ਜਾਏਗਾ ਗ੍ਰਾਫ ਗ੍ਰਾਫ ਪੇਪਰ ਜਿਹੜਾ ਸਾਡੇ ਪੇਜ ਹੁੰਦਾ ਹੈ ਗ੍ਰਾਫ ਪੇਪਰ ਉਹਦੇ ਵਿੱਚ ਜਿਹੜਾ ਪੇਜ ਹੁੰਦਾ ਗ੍ਰਾਫ ਬੋਲਦੇ ਆਂ ਜਿਹਨੂੰ ਅਸੀਂ ਉਹ ਕਿੰਨੇ ਪਸਾਰੀ 기ਰਤੀ ਹੈ ਵੀ ਉਹ ਇੱਕ ਆਇਤਾਕਾਰ ਪੇਜ ਹੁੰਦਾ ਉਹ ਦੋ ਪਸਾਰੀ 기ਰਤੀ ਹੈ ਗ੍ਰਾਫ ਦੇ ਵਿੱਚ ਕਿੰਨੇ ਤੁਰੇ ਹੁੰਦੇ ਨੇ ਦੋ ਤੁਰੇ ਹੁੰਦੇ ਨੇ ਗ੍ਰਾਫ ਦੇ ਵਿੱਚ ਠੀਕ ਹੈ ਇੱਕ ਐਕਸ ਤੁਰਾ ਹੁੰਦਾ ਇੱਕ ਵਾਈ ਤੁਰਾ ਹੁੰਦਾ ਠੀਕ ਹੈ ਇੱਕ ਪਾਸੇ ਨੂੰ ਛੁੱਟਣ ਤੇ ਸੰਖਿਆ 7 ਤੋਂ ਘੱਟ ਹੋਏਗੀ ਉਸਦੀ ਕੀ ਸੰਭਾਵਨਾ ਹੈ ਕੁપાસੇ ਨੂੰ ਸੁੱਟਣ ਤੇ ਕੀ ਪ੍ਰਣਾਮ ਆਉਂਦੇ ਨੇ 1 2 3 4 5 6 7 ਤੋਂ ਘੱਟ ਹੀ ਆ ਸਾਰੇ ਵੀ ਤਾਂ ਟੋਟਲ ਪ੍ਰਣਾਮ ਵੀ 6 ਨੇ ਸੰਭਵ ਪ੍ਰਣਾਮ ਵੀ 6 ਹੀ ਨੇ ਮਤਲਬ ਕਿੰਨੀ ਸੰਭਾਵਨਾ 1 ਮਤਲਬ ਸੰਖਿਆ 7 ਤੋਂ ਘੱਟ ਹੀ ਆਏਗੀ ਪੂਰੀ ਸੰਭਾਵਨਾ ਹੈ ਅੰਕੜਿਆਂ ਦੇ ਸੂਹ ਵਿੱਚ ਜੋ ਸੰਖਿਆ ਸਭ ਤੋਂ ਵੱਧ ਵਾਰ ਆਉਂਦੀ ਹੈ ਉਸ ਨੂੰ ਅਸੀਂ ਕੀ ਬੋਲਦੇ ਹਾਂ ਅੰਕੜਿਆਂ ਦਾ ਬਹੁਲਕ ਸਮਚਤ੍ਰਪੂਜ ਦਾ ਵੱਡਾ ਵਿਕਰਣ ਉਸ ਨੂੰ ਕਿੰਨੀਆਂ ਤਿਰਪੰਜਾਂ ਦੇ ਵਿੱਚ ਵੰਡਦਾ ਹੈ ਠੀਕ ਹੈ ਤਾਂ ਅਸੀਂ ਦੇਖ ਲੈਨੇ ਆ ਸਮਚਤ੍ਰਪੂਜ ਬਣਾ ਕੇ ਇਹ ਸਮਚਤ੍ਰਪੂਜ ਹੈ θ a ਇਸ ਦਾ ਵਿਕਰਣ ਹੈ ਤਾਂ ਇਸ ਨੂੰ ਕਿੰਨੀਆਂ ਤਿਰਪੰਜਾਂ ਦੇ ਵਿੱਚ ਵੰਡ ਗਿਆ ਵੀ ਇਹ ਦੋ ਤਿਰਪੰਜਾਂ ਦੇ ਵਿੱਚ ਵੰਡਦਾ ਹੈ ਜੇਕਰ ਕਿਸੇ ਚੱਕਰ ਦਾ ਅਰਧ ਵਿਆਸ ਦੁੱਗਣਾ ਕਰ ਦਿੱਤਾ ਜਾਵੇ ਤਾਂ ਉਸ ਦਾ ਪਰਿਮਾਪ ਵੀ ਦੁੱਗਣਾ ਹੋ ਜਾਏਗਾ ਕਿਉਂਕਿ ਉਸ ਦਾ ਪਹਿਲਾ ਪਰਿਮਾਪ ਜੇ ਪੈਰੀਮੀਟਰ ਦੀ ਗੱਲ ਕਰੀਏ ਉਹ ਹੁੰਦਾ 2 π r ਹੁਣ ਅਸੀਂ ਅਰਧ ਵਿਆਸ ਨੂੰ 2 r ਕਰ ਦਈਏ ਜੇ ਤਾਂ ਕਿੰਨਾ ਬਣੂ 2 π 2r ਤਾਂ 2 2 4 ਹੋ ਜਾਊਗਾ ਮਤਲਬ 4πr ਪਹਿਲਾਂ ਨਾਲੋਂ ਕਿੰਨਾ ਹੋ ਗਿਆ ਦੁੱਗਣਾ ਹੋ ਗਿਆ ਰੇਖੀ ਸਮੀਕਰਨ ਵਿੱਚ ਚਾਲ ਦੀ ਘਾਤ ਕਿੰਨੀ ਹੁੰਦੀ ਹੈ ਵੀ ਪਹਿਲੇ ਦੱਸਤਾ ਆਪਾਂ 1 ਹੁੰਦੀ ਹੈ ਜੇਕਰ ਅੰਕਗਣਿਤਕ ਲੜੀ ਦਾ ਪਹਿਲਾ ਪਦ 4 ਹੋਵੇ ਤੇ ਸੰਜਿਆ ਅੰਤਰ 3 ਹੋਵੇ ਤਾਂ ਦੂਸਰਾ ਪਦ ਕੀ ਹੋਏਗਾ ਸੰਜਿਆ ਅੰਤਰ ਵਿੱਚ ਜੋੜ ਦੋ 4 ਤੇ 3 ਕਿੰਨਾ ਹੋਜੂ 7 ਹੋਜੂ ਸਮਪੂਰੀ ਤ੍ਰਿਪੂਜ ਵਿੱਚ ਤ੍ਰਿਪੂਜ abc ਦੇ ਵਿੱਚ ਕੋਣ a ਦਾ ਮਾਪ ਕਿੰਨਾ ਹੋ ਸੰਪੂਰੀ ਤਿਰਪੋਈ ਦੇ ਵਿੱਚ ਜਿਹੜੇ ਤਿੰਨੇ ਕੋਣ ਆ ਹਰੇਕ ਦਾ ਮਾਪ ਕਿੰਨੇ ਡਿਗਰੀ ਦਾ ਹੁੰਦਾ 60 ਡਿਗਰੀ ਦਾ 61ਵੀਂ ਰੇਖਾ ਦੇ ਇੱਕੋ ਪਾਸੇ ਬਣੇ ਅੰਦਰਲੇ ਕੋਣ ਅੰਤਰੀ ਕੋਣਾਂ ਦਾ ਜੋੜ ਕਿੰਨਾ ਹੁੰਦਾ ਵੀ 180 ਠੀਕ ਹੈ ਐਵੇਂ ਜੇ ਅਸੀਂ ਬਣਾਈਏ 61ਵੀਂ ਰੇਖਾ ਦੇ ਆ ਜਿਹੜੇ ਕੋਣ ਨੇ ਇੱਕ ਪਾਸੇ ਦੇ ਅੰਦਰਲੇ ਕੋਣ ਇਹਨਾਂ ਦਾ ਜੋੜ ਕਿੰਨਾ ਹੁੰਦਾ 180 ਠੀਕ ਹੈ ਜੀ ਕਿਸੇ ਇੱਕ ਰੇਖਾ ਉੱਪਰ ਦੋ ਲੰਬ ਰਖਾਵਾਂ ਉਸ ਵਿੱਚ ਕੀ ਹੁੰਦੀਆਂ ਕੋਈ ਰੇਖਾ ਹੈ ਠੀਕ ਹੈ ਇਸ ਤੇ ਦੋ ਲੰਬ ਰਖਾਵਾਂ ਨੇ ਠੀਕ ਆ ਆ ਵੀ ਇਹਦੇ ਤੇ ਲੰਬਾ ਆ ਵੀ ਇਹਦੇ ਤੇ ਐਲ ਵੀ ਲੰਬਾ ਇਹਦੇ ਤੇ ਐਮ ਵੀ ਨੰਬਰ ਐਨ ਤੇ ਤਾਂ ਐਲ ਤੇ ਐਮ ਆਪਸ ਵਿੱਚ ਕੀ ਨੇ ਵੀ ਸਮਾਂਤਰ ਰਖਾਵਾਂ ਨੇ ਦਿਖ ਰਿਹਾ ਨਾ ਬਰਾਬਰ ਦੂਰੀ ਤੇ ਨੇ ਦੋਨ ਸਮਾਂਤਰ ਰਖਾਵਾਂ ਨੇ ਐਲ ਤੇ ਐਮ ਨੈਕਸਟ ਤਿਰਪੋਈ ਦੀਆਂ ਤਿੰਨ ਭੁਜਾਵਾਂ ਤੋਂ ਸਮਾਨ ਦੂਰੀ ਤੇ ਸਥਿਤ ਬਿੰਦੂ ਨੂੰ ਕੀ ਬੋਲਦੇ ਆ ਉਸ ਦਾ ਵੀ ਅੰਤਰ ਕੇਂਦਰ ਜਿਹੜਾ ਤਿੰਨੇ ਭੁਜਾਵਾਂ ਤੋਂ ਸਮਾਨ ਦੂਰੀ ਤੇ ਹੋਵੇ ਉਸ ਨੂੰ ਅਸੀਂ ਇਨਸੈਂਟਰ ਬੋਲਦੇ ਆ ਅੰਤਰ ਕੇਂਦਰ ਤ੍ਰਿਪੋਇ ਦੇ ਤਿੰਨ ਸ਼ਿਖਰਾਂ ਤੋਂ ਸਮਾਨ ਦੂਰੀ ਤੇ ਸਥਿਤ ਬਿੰਦੂ ਨੂੰ ਜਿੱਥੇ ਸ਼ਿਖਰਲੰਭ ਕੱਟਦੇ ਨੇ ਤ੍ਰਿਪੋਇ ਦੇ ਉਸ ਨੂੰ ਅਸੀਂ ਕੀ ਬੋਲਦੇ ਆ ਪਰਿਕੇਂਦਰ ਇਹ ਮੋਸਟ ਇੰਪੋਰਟੈਂਟ ਨੇ ਠੀਕ ਹੈ ਜਿੱਥੇ ਸ਼ਿਖਰਲੰਭ ਕੱਟਦੇ ਨੇ ਜਿਸ ਬਿੰਦੂ ਤੇ ਉਸ ਨੂੰ ਅਸੀਂ ਬੋਲਦੇ ਆ ਪਰਿਕੇਂਦਰ ਸੰਗਾਮੀ ਰਖਾਵਾਂ ਕਿਹੜੀਆਂ ਹੁੰਦੀਆਂ ਨੇ ਜੋ ਇੱਕੋ ਬਿੰਦੂ ਤੋਂ ਲੰਘਦੀਆਂ ਨੇ ਜਿਹੜੀਆਂ ਇੱਕ ਬਿੰਦੂ ਦੇ ਵਿੱਚੋਂ ਦੀ ਹੋ ਕੇ ਲੰਘ ਰਹੀਆਂ ਨੇ ਉਹ ਕਿਹੜੀਆਂ ਰਖਾਵਾਂ ਹੋਣੀਆਂ ਵੀ ਸੰਗਾਮੀ ਰਖਾਵਾਂ ਇੱਕ ਸਾਂਝਾ ਬਿੰਦੂ ਹੋਵੇਗਾ ਇਹਨਾਂ ਦਾ ਠੀਕ ਹੈ ਨੈਕਸਟ ਹੈ ਦੋ ਕਾਟਮੀ ਰਖਾਵਾਂ ਵਿਚਕਾਰ ਕਿੰਨੀ ਦੂਰੀ ਹੁੰਦੀ ਹੈ ਦੋ ਕਾਟਮੀ ਰਖਾਵਾਂ ਆਪਸ ਨੂੰ ਕੱਢ ਦਿਆਂ ਨੇ ਵੀ ਇਹਨਾਂ ਦੇ ਵਿਚਕਾਰ ਦੂਰੀ ਕਿੰਨੀ ਹੁੰਦੀ ਹੈ 0 0 ਕੋਈ ਦੂਰੀ ਨਹੀਂ ਤਾਂ ਕੋਣ ਖੁਦ ਤੇ ਇਸ ਦਾ ਅੰਦਰੂਨੀ ਭਾਗ ਮਿਲ ਕੇ ਬਣੇ ਖੇਤਰ ਨੂੰ ਅਸੀਂ ਕੀ ਆਖਦੇ ਹਾਂ ਤਕੋਣੀ ਖੇਤਰ ਮਤਲਬ ਜਿਹੜਾ ਤਕੋਣ ਦੇ ਵਿੱਚ ਵਿੱਚ ਆ ਗਿਆ ਸਾਰਾ ਖੇਤਰ ਇਹ ਕਿਹੜਾ ਖੇਤਰ ਹੁੰਦਾ ਹੈ ਤਕੋਣੀ ਖੇਤਰ ਚੱਕਰੀ ਚਤਰਪੋਏ ਦੇ ਸਾਰੇ ਕੋਣਾਂ ਦਾ ਜੋੜ ਚਤਰਪੋਜ ਕੋਈ ਵੀ ਹੋਵੇ ਉਸਦੇ ਕੋਨਾਂ ਦਾ ਜੋੜ ਕਿੰਨਾ ਹੁੰਦਾ ਹੈ 360 ਭਾਵੇਂ ਉਹਦੇ ਬਾਹਰਲੇ ਪੁੱਛ ਲੈਣ ਭਾਵੇਂ ਅੰਦਰੂਨੀ ਕੋਣ ਪੁੱਛ ਲੈਣ ਤੇ ਚੱਕਰੀ ਚਤਰਪੋਈ ਲਈ ਇੱਕ ਹੋਰ ਗੱਲ ਚੱਕਰੀ ਚਤਰਪੋਈ ਦੇ ਜਿਹੜੇ ਸਨਮੁਖ ਕੋਣ ਹੁੰਦੇ ਨੇ ਵੀ ਆਹਮੋ ਸਾਹਮਣੇ ਦੇ ਕੋਣ ਠੀਕ ਹੈ ਉਹਨਾਂ ਦਾ ਜੋੜ ਕਿੰਨਾ ਹੁੰਦਾ 180 ਡਿਗਰੀ ਇਹ ਵੀ ਨੋਟ ਕਰ ਲੈਣਾ ਕਿਸੇ ਵਿਸ਼ੇਸ਼ ਚਤਰਪੋਈ ਦੀ ਰਚਨਾ ਲਈ ਘੱਟ ਤੋਂ ਘੱਟ ਸਾਨੂੰ ਉਸਦੇ ਕਿੰਨੇ ਅੰਗ ਪਤਾ ਹੋਣੇ ਚਾਹੀਦੇ ਹਨ ਪੰਜ ਕਿਸੇ ਵੀ ਚਤਰਪੋਈ ਦੀ ਰਚਨਾ ਕਰਨ ਲਈ ਵਿਸ਼ੇਸ਼ ਚਤਰਪੋਈ ਲਈ ਵਿਲੱਖਣ ਚਤਰਪੋਏ ਲਈ ਸਾਨੂੰ ਉਸਦੇ ਪੰਜ ਮਾਪਾਂ ਦਾ ਪਤਾ ਹੋਣਾ ਚਾਹੀਦਾ ਜਿਵੇਂ ਅਸੀਂ ਕਹ ਲਈਏ ਸਾਨੂੰ ਤਿੰਨ ਕੋਣ ਪਤਾ ਨੇ ਜੇ ਤਾਂ ਸਾਨੂੰ ਦੋ ਭੁਜਾਵਾਂ ਵੀ ਪਤਾ ਹੋਣੀਆਂ ਚਾਹੀਦੀਆਂ ਮਤਲਬ ਟੋਟਲ ਮਾਪ ਆ ਜਿਹੜਾ ਸਾਨੂੰ ਪੰਜ ਹੋਣਾ ਚਾਹੀਦਾ ਜੇ ਸਾਨੂੰ ਤਿਰਪੋਏ ਲਈ ਕੱਛ ਲੈਣ ਵੀ ਫਿਰ ਤਿਰਪੋਏ ਲਈ ਤਿੰਨ ਮਾਪਾਂ ਦਾ ਪਤਾ ਹੋਣਾ ਜ਼ਰੂਰੀ ਚਾਹੀਦਾ ਆਪਾਂ ਇੱਕ ਚੱਕਰ ਦੀਆਂ ਸਮਾਂਤਰ ਛਪਰਸ਼ ਰਖਾਵਾਂ ਦੀ ਗਿਣਤੀ ਕਿੰਨੀ ਹੋ ਸਕਦੀ ਹੈ ਦੋ ਠੀਕ ਹੈ ਚੱਕਰ ਹੈ ਇਸ ਦੀਆਂ ਜੇ ਸਮਾਂਤਰ ਚਪਰਸ਼ੇ ਰਖਾ ਮਸੀਂ ਦੇਖਾਂਗੇ ਉਹ ਕਿੰਨੀਆਂ ਹੋਣਗੀਆਂ ਦੋ ਕਲੀਅਰ ਇੱਕ ਚੱਕਰ ਤੇ ਕਿੰਨੀਆਂ ਚਪਰਸ਼ੇ ਰਖਾ ਹੋ ਸਕਦੀਆਂ ਅਨੰਤ ਜਦ ਅਸੀਂ ਕਿਸੇ 2 ਘਾਤੀ ਬਹੁਪਾਦ ਨੂੰ 0 ਦੇ ਬਰਾਬਰ ਲਿਖਦੇ ਆ ਤਾਂ ਉਸ ਨੂੰ ਗਣਿਤ ਦੀ ਭਾਸ਼ਾ ਵਿੱਚ ਅਸੀਂ ਕੀ ਬੋਲਦੇ ਆ 2 ਘਾਤੀ ਸਮੀਕਰਨ ਠੀਕ ਹੈ ਤਾਂ ਮੰਨ ਲਓ ਇਹ ਆਪਣੇ ਕੋਲੇ ਹੈ ਇਹ ਬਹੁਪਾਦ ਹੈ ਜੇ ਅਸੀਂ ਇਹਨੂੰ 0 ਦੇ ਬਰਾਬਰ ਕਰ ਦਾਂਗੇ ਤਾਂ ਇਹ 2 ਘਾਤੀ ਸਮੀਕਰਨ ਬਣ ਜੀਏਗਾ ਤਿੰਨ ਅਸੰਮ ਰੇਖੀਆਂ ਬਿੰਦੂਆਂ ਦੇ ਵਿੱਚੋਂ ਅਸੀਂ ਇੱਕ ਚੱਕਰ ਕੱਢ ਸਕਦੇ ਹਾਂ ਠੀਕ ਹੈ ਤਿੰਨ ਅਸੰਮ ਰੇਖੀ ਬਿੰਦੂ ਨੇ ਉਹਨਾਂ ਦੇ ਵਿੱਚੋਂ ਇੱਕ ਚੱਕਰ ਆ ਜਿਹੜਾ ਉਹ ਹਮੇਸ਼ਾ ਨਿਕਲ ਸਕਦਾ ਹੈ ਕਲੀਅਰ ਕਿਸੇ ਵੀ ਰੇਖਾ ਦੇ ਸਮਾਂਤਰ ਕਿੰਨੀਆਂ ਰੇਖਾਵਾਂ ਸਮਾਂਤਰ ਖਿੱਚੀਆਂ ਜਾ ਸਕਦੀਆਂ ਵੀ ਅਣਗਿਣਤ ਠੀਕ ਹੈ ਮੰਨ ਲਓ ਤੁਸੀਂ ਇੱਕ ਰੇਖਾ ਖਿੱਚਤੀ ਤਾਂ ਇਸ ਦੇ ਸਮਾਂਤਰ ਤੁਸੀਂ ਅਨੰਤ ਸਮਾਂਤਰ ਰੇਖਾਵਾਂ ਖਿੱਚ ਸਕਦੇ ਹੋ ਕਲੀਅਰ ਅਣਗਿਣਤ ਕੋਈ ਵੀ ਰੇਖਾ ਜਦੋਂ ਦੋ ਰਖਾਵਾਂ ਨੂੰ ਵੱਖ-ਵੱਖ ਬਿੰਦੂਆਂ ਤੇ ਕੱਟਦੀ ਹੋਵੇ ਠੀਕ ਹੈ ਤਾਂ ਉਸ ਨੂੰ ਅਸੀਂ ਕਿਹੜੀ ਰੇਖਾ ਬੋਲਦੇ ਆ ਵੀ ਤੁਹਾਨੂੰ ਬਣਾ ਕੇ ਦਿਖਾ ਦਿੰਨੇ ਆ ਇਹ ਸ੍ਰੇਖਾ ਨੂੰ ਜਿਹੜੀ ਐਲ ਰੇਖਾ ਮੈਂ ਬਣਾਈ ਆ ਇਸ ਨੂੰ ਅਸੀਂ ਕਿਹੜੀ ਰੇਖਾ ਬੋਲਦੇ ਆ ਕਾਟਮੀ ਰੇਖਾ ਠੀਕ ਹੈ ਇਹ ਤਾਂ ਸਾਰਨ ਪਤਾ ਹੀ ਹੋਊਗਾ ਕਿਸੇ ਚੱਕਰ ਦੇ ਕਿੰਨੇ ਸਪਰਸ਼ ਬਿੰਦੂ ਹੋ ਸਕਦੇ ਹਨ ਕਿੰਨੇ ਹੋ ਸਕਦੇ ਨੇ ਵੀ ਅਣਗਿਣਤਾ ਅਨੰਤ ਅਨੇਕ ਚੱਕਰ ਦੇ ਕਿਸੇ ਇੱਕ ਬਿੰਦੂ ਤੇ ਕਿੰਨੀਆਂ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਨੇ ਚੱਕਰ ਦੇ ਇੱਕ ਬਿੰਦੂ ਤੇ ਸਿਰਫ ਇੱਕ ਹੀ ਸਪਰਸ਼ ਰੇਖਾ ਖਿੱਚੀ ਜਾ ਸਕਦੀ ਹੈ ਠੀਕ ਹੈ ਲੋ ਇੱਥੇ ਅਸੀਂ ਬਿੰਦੂ ਲਿਆ ਸੀ ਪੀ ਤਾਂ ਪੀ ਤੇ ਸਿਰਫ ਇਹ ਹੀ ਸਪਰਸ਼ ਰੇਖਾ ਖਿੱਚੀ ਜਾ ਸਕਦੀ ਹੈ ਦੋ ਘਾਤੀ ਸਮੀਕਰਨ ਦਾ ਮਿਆਰੀ ਰੂਪ ਕੀ ਹੈ ਵੀ ax ਦੀ 2 bx प्लस, c 0 ਹੋਊਗੀ ਤੇ a 0 ਨਹੀਂ ਹੋਊਗਾ ਇਹ ਦੋ ਘਾਤੀ ਸਮੀਕਰਨ ਦਾ ਮਿਆਰੀ ਰੂਪ ਹੈ ਜੇ ਸਾਨੂੰ ਰੇਖੀ ਸਮੀਕਰਨ ਦਾ ਮਿਆਰੀ ਰੂਪ ਪੁੱਛਣਗੇ ਅਸੀਂ ਲਿਖਾਂਗੇ ax b 0 ਦੇ ਤੇ a not equal to 0 a 0 ਨਹੀਂ ਹੋਊਗਾ ਠੀਕ ਹੈ ਜੇਕਰ 2 3 ਪੰਜਾ ਸਰਵੰਗ ਸਮਾਨ ਉਹਨਾਂ ਦੀਆਂ ਕਿੰਨੀਆਂ ਪੰਜਾਵਾਂ ਤੇ ਕਿੰਨੇ ਕੋਣ ਸਰਵੰਗ ਸਮ ਹੋਣਗੇ ਸਾਰੇ ਕੋਣ ਮਤਲਬ ਤਿੰਨੇ ਪੰਜਾਵਾਂ ਤਿੰਨੇ ਕੋਣ ਸਰਵੰਗ ਸਮ ਹੋਣਗੇ ਬਰਾਬਰ ਹੋਣਗੇ ਨੈਕਸਟ ਕਿਸੇ ਦਿੱਤੇ ਤਿਰਪੋਜ ਦੇ ਸਮਰੂਪ ਤਿਰਪੋਜ ਦੀ ਰਚਨਾ ਕਰਨ ਲਈ ਸਾਨੂੰ ਕੀ ਪਤਾ ਹੋਣਾ ਚਾਹੀਦਾ ਸਾਨੂੰ ਸਕੇਲ ਦਾ ਗੁਣਾਕ ਪਤਾ ਹੋਣਾ ਚਾਹੀਦਾ ਹੈ ਵੀ ਜਿਹੜੀ ਤਿਰਪੋਜ ਸਮਰੂਪ ਅਸੀਂ ਰਚਨਾ ਕਰਨੀ ਆ ਉਹ ਦਿੱਤੀ ਗਈ ਤਿਰਪੋਜ ਦੇ ਕਿੰਨੇ ਗੁਣਾ ਹੈ ਉਹ 1/2 ਗੁਣਾ ਹੈ ਜਾਂ ਉਹ 5/3 ਗੁਣਾ ਹੈ ਸਕੇਲ ਪਤਾ ਹੋਣਾ ਚਾਹੀਦਾ ਚੱਕਰ ਵਿੱਚ ਵਾਧ ਤਦ ਕਿੰਨੀਆਂ ਵਤਰਾਂ ਖਿੱਚੀਆਂ ਜਾ ਸਕਦੀਆਂ ਨੇ ਤਾਂ ਚੱਕਰ ਦੇ ਵਿੱਚ ਵਾਧ ਤਦ ਵਤਰਾਂ ਵੀ ਵੀ ਕਿੰਨੀਆਂ ਖਿੱਚੀਆਂ ਜਾ ਸਕਦੀਆਂ ਨੇ ਅਨੰਤ ਨੈਕਸਟ ਹੈ ਆਪਰਮੇਂ ਸੰਖਿਆਵਾਂ ਦਾ ਸਭ ਤੋਂ ਪਹਿਲਾਂ ਕਿਸ ਹਿਸਾਬਦਾਨ ਨੇ ਪਤਾ ਲਗਾਇਆ ਤਾਂ ਇਹਦਾ ਲਾਇ ਸੀ ਵੀ ਕੋਰੋਟਨ ਨੇ ਹਿਪੋਕਸ ਠੀਕ ਹੈ ਇਹ ਵੀ ਇੱਕ ਗਣਿਤਦਾਨ ਸੀਗਾ ਸੰਭਾਵਨਾ ਦੀ ਧਾਰਨਾ ਦਾ ਵਿਕਾਸ ਕਦੋਂ ਹੋਇਆ ਕਦੋਂ ਇਸ ਬਾਰੇ ਪਹਿਲੀ ਵਾਰ ਚਰਚਾ ਹੋਈ ਤਾਂ 1654ਵੀ cos 90 sin 90 cos 90 1 ਹੁੰਦਾ sin 90 0 ਹੁੰਦਾ ਤਾਂ ਕਿੰਨਾ ਉੱਤਰ ਆਜੂ ਸਾਡਾ 0 पूरक कोणਾਂ ਦੇ ਜੋੜੇ ਵਿੱਚ ਜੇ ਇੱਕ ਕੋਣ θ ਤਾਂ ਦੂਸਰਾ ਕੋਣ ਕੀ ਹੋਊਗਾ 90 ਚੋਂ ਘਟਾ ਕੇ ਕਿਉਂਕਿ ਪੂਰਕ ਕੋਣ ਉਹ ਕੋਣ ਹੁੰਦੇ ਨੇ ਜਿਨ੍ਹਾਂ ਦਾ ਜੋੜ 90 ਹੋਵੇ ਜੇ ਕੋਣ θ ਤਾਂ ਦੂਸਰਾ ਕੀ ਹੋਊਗਾ 90 θ ਐਗਜ਼ਾਮਪਲ ਨਾਲ ਵੀ ਸਮਝਾ ਦਿੰਨੇ ਆ ਜੇ ਕੋਣ 30 ਹੈ ਤਾਂ ਦੂਸਰਾ 90 30 ਮਤਲਬ 60 ਠੀਕ ਹੈ ਫੇਰ ਹੀ ਦੋਵਾਂ ਦਾ ਜੋੜ 90 ਹੋਊਗਾ ਨਾ ਨੈਕਸਟ ਜੇਕਰ ਕੋਈ ਰੇਖਾ ਤਿਰਪੋਈ ਦੀਆਂ ਕਿਸੇ ਦੋ ਭੁਜਾਵਾਂ ਨੂੰ ਸਮਾਨ ਅਨੁਪਾਤ ਵਿੱਚ ਵੰਡੇ ਤਾਂ ਉਸਦਾ ਤੀਜੀ ਭੁਜਾ ਨਾਲ ਕੀ ਸੰਬੰਧਾ ਵੀ ਜੇ ਉਹਨਾਂ ਨੂੰ ਸਮਾਨ ਅਨੁਪਾਤ ਵਿੱਚ ਵੰਡਦੀ ਹੈ ਤਾਂ ਉਹ ਤੀਜੀ ਪੂਜਾ ਦੇ ਸਮਾਂਤਰ ਹੁੰਦੀ ਹੈ ਠੀਕ ਹੈ ਹੋ ਰੇਖਾ ਤੀਜੀ ਪੂਜਾ ਦੇ ਕਿ ਹੁੰਦੀ ਹੈ ਸਮਾਂਤਰ ਹੁੰਦੀ ਹੈ ਠੀਕ ਹੈ ਇਹ ਥਿਉਰਮਾ ਵੀ ਆਪਣੇ 10ਵੀਂ ਦੇ ਮੈਥ ਦੇ ਵਿੱਚ ਥੇਲ ਦਾ ਉਲਟ ਠੀਕ ਹੈ ਨੈਕਸਟ ਹੈ ਜੇਕਰ ਕਿਸੇ ਤ੍ਰਿਪੁੰਜ ਵਿੱਚ ਇੱਕ ਕੋਣ ਦਾ ਸਮਦਿਭਾਜਕ ਸੰਮਖ ਪੂਜਾ ਨੂੰ ਸਮਦਿਭਾਜਿਤ ਕਰਦਾ ਹੈ ਤਾਂ ਉਹ ਤਰਪਜ ਕਿਸ ਤਰ੍ਹਾਂ ਦੀ ਹੋਏਗੀ ਵੀ ਸਮ ਦੋ ਬਾਹੂ ਮਤਲਬ ਸਮ ਦੋ ਪੁਜੀ ਤਰਪਜ ਹੋਏਗੀ ਕਾਰਟੀਜ਼ਨ ਸਮਤਲ ਵਿੱਚ ਕਿਸੇ ਬਿੰਦੂ ਦੀ ਸਥਿਤੀ ਨਿਰਧਾਰਤ ਕਰਨ ਵਾਲੀ ਲੇਟਵੀ ਰੇਖਾ ਦਾ ਕੀ ਨਾਮ ਹੈ ਜਿਹੜੀ ਲੇਟਵੀ ਰੇਖਾ ਹੁੰਦੀ ਹੈ ਕਾਰਟੀਜ਼ਨ ਸਮਤਲ ਦੇ ਵਿੱਚ ਉਸ ਨੂੰ ਅਸੀਂ ਕੀ ਬੋਲਦੇ ਹਾਂ ਐਕਸ ਤੁਰਾ ਖੜਮੀ ਰੇਖਾ ਨੂੰ ਵਾਈ ਤੁਰਾ ਚੱਕਰ ਦੀਆਂ ਜਵਾਵਾਂ ਦੇ ਲੰਭ ਸਮਦਭਾਜਕ ਕਿਸ ਬਿੰਦੂ ਤੋਂ ਹੋ ਕੇ ਗੁਜ਼ਰਦੇ ਹਨ ਬਹੁਤ ਇੰਪੋਰਟੈਂਟ ਚੱਕਰ ਦੇ ਕੇਂਦਰ ਵਿੱਚੋਂ ਦੀ ਹੋ ਕੇ ਗੁਜ਼ਰਦੇ ਹਨ ਚੱਕਰ ਦੇ ਅੰਦਰਲੇ ਬਿੰਦੂ ਤੋਂ ਚੱਕਰ ਦੀਆਂ ਕਿੰਨੀਆਂ स्पर्ਸ਼ ਰੇਖਾਵਾਂ ਖਿੱਚੇ ਜਾ ਸਕਦੀਆਂ ਚੱਕਰ ਦੇ ਕੋਈ ਅੰਦਰ ਬਿੰਦੂ ਲੈ ਲੀਏ ਸੀ ਇੱਥੋਂ ਅਸੀਂ ਕੋਈ ਵੀ स्पर्ਸ਼ ਰੇਖਾ ਨਹੀਂ ਖਿੱਚ ਸਕਦੇ ਸੋ ਅਸੀਂ 0 ਦਾ ਘਰੇਖਾ ਖਿੱਚ ਸਕਦੀਆਂ ਵੀ ਤਾਂ ਇਸ ਲਈ ਕਿੰਨੀਆਂ ਖਿੱਚੇ ਜਾ ਸਕਦੀਆਂ ਨੇ 0 ਜ਼ੀਰੋ ਜੇਕਰ ਕਿਸੇ ਚਾਪ ਦੁਆਰਾ ਕੇਂਦਰ ਤੇ ਬਣਾਇਆ ਗੋਣ 90 ਡਿਗਰੀ ਹੋਵੇ ਤਾਂ ਉਸੇ ਚਾਪ ਦੁਆਰਾ ਚੱਕਰ ਦੇ ਬਾਕੀ ਹਿੱਸੇ ਦੇ ਬਣਾਇਆ ਗਿਆ ਕੋਣ ਕਿੰਨਾ ਹੋਊਗਾ 45 ਡਿਗਰੀ ਇਹ ਵੀ ਨੌਵੀਂ ਦੇ ਮੈਚ ਥਿਊਰਮ ਹੈ ਵੀ ਚੱਕਰ ਦੇ ਕੇਂਦਰ ਤੇ ਬਣਾਇਆ ਗਿਆ ਕੋਣ ਚੱਕਰ ਦੇ ਬਾਕੀ ਹਿੱਸੇ ਤੇ ਬਣੇ ਕੋਣ ਨਾਲ ਦੁੱਗਣਾ ਹੁੰਦਾ ਹੈ ਜੇ ਕੇਂਦਰ ਤੇ 90 ਹੈ ਤਾਂ ਬਾਕੀ ਹਿੱਸੇ ਤੇ 45 ਹੋਊਗਾ ਅੱਧਾ ਹੋਊਗਾ ਜੇਕਰ ਕੋਈ ਰੇਖਾ ਤਿਰਪੋਈ ਦੀਆਂ ਕਿਸੇ ਦੋ ਭੁਜਾਵਾਂ ਨੂੰ ਸਮਾਨ ਅਨੁਪਾਤ ਵਿੱਚ ਵੰਡੇ ਤਾਂ ਉਹ ਤੀਜੀ ਭੁਜਾ ਦੇ ਕੀ ਹੁੰਦੀ ਹੈ ਸਮਾਂਤਰ ਹੁੰਦੀ ਹੈ ਇਹ ਵੀ ਤੁਹਾਡਾ თੀਲਸ ਦਾ ਓਲਟ ਥਿਊਰਮ ਹੈ ਅੰਦੀ ਯੂ ਨੈਕਸਟ ਕੁਐਸਚਨ ਹੈ ਪਾਈ ਦਾ ਮੁੱਲ ਕਿੰਨੇ ਦਸ਼ਮਲਵ ਸਥਾਨਾਂ ਤੱਕ ਲੱਭਿਆ ਜਾ ਚੁੱਕਾ ਹੈ ਤੇ ਇਹ ਪ੍ਰਣਾ ਲਿਖਿਆ ਹੋਇਆ ਹੈ ਪਾਈ ਦਾ ਮੁੱਲ ਜਿਹੜਾ 31.4 ਟ੍ਰਿਲੀਅਨ ਡੈਸੀਮਲ ਤੱਕ ਜਾ ਕੇ ਖਤਮ ਹੋ ਜਾਂਦਾ ਲੱਭਿਆ ਜਾ ਚੁੱਕਾ ਨਾ ਨੈਕਸਟ ਹੈ ਕੋਈ ਜੀਵਾ ਚੱਕਰ ਦੇ ਘੀਰੇ ਨੂੰ ਦੋ ਭਾਗਾਂ ਵਿੱਚ ਵੰਡਦੀ ਹੈ ਤਾਂ ਹਰੇਕ ਭਾਗ ਨੂੰ ਅਸੀਂ ਕੀ ਬੋਲਦੇ ਹਾਂ ਜੇ ਚੱਕਰ ਦੀ ਗੱਲ ਕਰੀਏ ਤਾਂ ਲਘੂ ਚਾਪ ਤੇ ਦੀਰਘ ਚਾਪ ਠੀਕ ਹੈ ਜਿਵੇਂ ਅਸੀਂ ਜੀਵਾ ਦੀ ਗੱਲ ਕਰੀਏ ਇੱਥੇ ਹੋ ਗਿਆ ਆ ਜਿਹੜੀ ਚਾਪ ਹੈ ਉੱਪਰ ਵਾਲੀ ਚਾਪ ਠੀਕ ਹੈ ਇਹ ਹੈਗੀ ਆ ਦੀਰਘ ਚਾਪ ਠੀਕ ਹੈ ਤੇ ਨੀਚੇ ਵਾਲੀ ਲਘੂ ਕਲੀਅਰ ਨੈਕਸਟ ਹੈ ਕਿਸੇ ਘਟਨਾ ਦੇ ਸੰਭਾਵਨਾ ਲਈ ਸੂਤਰ ਕੀ ਹੈ ਵੀ ਉਸੇ ਘਟਨਾ ਦੇ ਅਨੁਕੂਲ ਪ੍ਰਣਾਮਾਂ ਦੀ ਸੰਖਿਆ ਉੱਪਰ ਲਿਖਾਂਗੇ ਕੁੱਲ ਸੰਭਵ ਪ੍ਰਣਾਮ ਕਿੰਨੇ ਨੇ ਉਹਨੂੰ ਨੀਚੇ ਲਿਖਾਂਗੇ ਤਿਰਪੋਇਦਾ ਖੇਤਰਫਲ ਜਦੋਂ ਪਜਾਮਾ a b ਤੇ c ਸੈਂਟੀਮੀਟਰ ਸਾਨੂੰ ਦਿੱਤੀਆਂ ਹੋਣ ਉਸ ਨੂੰ ਅਸੀਂ ਹੀਰੋ ਦਾ ਸੂਤਰ ਬੋਲਦੇ ਹਾਂ ਵੀ ਕਿਵੇਂ ਨਿਕਲਦਾ s s a ਬਰੈਕਟ ਦੇ ਵਿੱਚ s b s, -B, s CS ਕੀ ਹੁੰਦਾ ਟਰਪੋਏ ਦਾ ਅਰਥ ਪ੍ਰਮਾਅਕ ਮਤਲਬ ਤਿੰਨੇ ਪਜਾਮਾ ਦਾ ਜੋੜ ਕਰਕੇ ਦੋ ਨਾਲ ਪਾਕ ਕਿਸੇ ਮੈਚ ਦੇ ਜਿੱਤਣ ਦੀ ਸੰਭਾਵਨਾ ਕੀ ਹੋਏਗੀ ਜੇਕਰ ਇਸ ਦੇ ਮੈਚ ਜੇਕਰ ਮੈਚ ਕਿਸੇ ਵੀ ਹਾਲਤ ਵਿੱਚ ਰੱਦ ਜਾਂ ਡਰਾ ਨਾ ਹੋਇਆ ਹੋਵੇ ਠੀਕ ਹੈ ਰੱਦ ਜਾਂ ਡਰਾ ਨਾ ਹੋਇਆ ਤਾਂ ਅੱਧੀ ਸੰਭਾਵਨਾ ਜਿੱਤਣ ਦੀ ਹੈ ਅੱਧੀ ਹਾਰਨ ਦੀ ਹੈ ਮਤਲਬ 0.5 ਜ 1/2 ਜਾਂ 50-50 ਕਿਵੇਂ ਵੀ ਹੋ ਸਕਦੀ ਹੈ ਕਿਸੇ ਸਮਾਂਤਰ ਚਤੁਰਭੁਜ ਇੱਕ ਸਮਾਂਤਰ ਚਤੁਰਭੁਜ ਵਰਗ ਕਦੋਂ ਹੁੰਦੀ ਹੈ ਜਦੋਂ ਉਹਦੀਆਂ ਚਾਰੇ ਪੰਜਾਵੇਂ ਬਰਾਬਰ ਹੋ ਜਾਣ ਤੇ ਰੇਖ ਕੋਣ ਕਿੰਨੇ ਡਿਗਰੀ ਦਾ ਹੋਵੇ 90 ਡਿਗਰੀ ਦਾ ਹੋਵੇ ਇੱਕ ਚਤੁਰਭੁਜ ਦੇ ਕਰਮਬਾਰ ਪੁਜਾਵਾਂ ਦੇ ਮੱਧ ਬਿੰਦੂਆਂ ਨੂੰ ਮਿਲਾਉਣ ਤੇ ਇੱਕ ਕਿਸ ਤਰ੍ਹਾਂ ਦੀ ਗਿਰਤੀ ਪ੍ਰਾਪਤ ਹੁੰਦੀ ਹੈ ਉਸ ਨੂੰ ਅਸੀਂ ਕੀ ਬੋਲਦੇ ਹਾਂ ਵੀ ਸਮਾਂਤਰ ਚਤੁਰਭੁਜ ਕੋਈ ਮਰਜ਼ੀ ਚਤੁਰਭੁਜ ਹੋਵੇ ਠੀਕ ਹੈ ਮੰਨ ਲਓ ਇਹ ਹੈ ਤਾਂ ਇਹਦੇ ਅਸੀਂ ਮੱਧ ਬਿੰਦੂ ਜੇ ਲੈ ਲਈਏ ਬਿਲਕੁਲ ਵਿਚਕਾਰ ਵਾਲੀ ਬਿੰਦੂ ਠੀਕ ਹੈ ਤੁਸੀਂ ਆਪਣੀ ਬਣਾ ਕੇ ਦੇਖ ਸਕਦੇ ਹਾਂ ਠੀਕ ਹੈ ਤੁਹਾਡੇ ਕੋਲ ਸਹੀ ਬਣੂਗਾ ਇੱਥੇ ਕੋਸ਼ਿਸ਼ ਕਰੂੰਗਾ ਮੈਂ ਕਿ ਸਹੀ ਬਣ ਦੇ ਠੀਕ ਹੈ ਤਾਂ ਜਿਹੜੀ ਵੀ 기ਰਤੀ ਬਣੂਗੀ ਕਿਹੜੀ 기ਰਤੀ ਹੋਊਗੀ ਵੀ ਉਹ ਸਮਾਂਤਰ ਚਤ੍ਰਪੁਜ ਹੋਊਗੀ ਠੀਕ ਹੈ ਦੇਖੋ ਤੁਹਾਡੇ ਕੋਲ ਬਣੂਗੀ ਬਿਲਕੁਲ ਸਹੀ ਤਾਂ ਜਿਹੜੀ ਵਿਚਕਾਰ 기ਰਤੀ ਬਣੂਗੀ ਇਹ ਕਿਹੜੀ ਬਣੂਗੀ ਸਮਾਂਤਰ ਚਤ੍ਰਪੁਜ ਜੇਕਰ ਕਿਸੇ ਤ੍ਰਿਪੁਜ ਦੇ ਵਿਕਰਨ ਬਰਬ ਵਿਕਰਨ ਇੱਕ ਦੂਜੇ ਦੇ ਲੰਬ ਸਮਦਭਾਜ ਕੋਣ ਠੀਕ ਹੈ बराबर ਵੀ ਹੋਣ ਤੇ ਲੰਬ ਸਮਦ ਭਾਜਕ ਹੋਣ ਤਾਂ ਉਹ ਕਿਰਤੀ ਕਿਹੜੀ ਆ ਫਿਰ ਵਰਗ ਹੈ ਬਰਾਬਰ ਵੀ ਤੇ ਲੰਬ ਸਮਦ ਭਾਜਕ ਵੀ ਦੋ ਚੱਕਰ ਕਦੋਂ ਸਰਵੰਗ ਸਮ ਹੁੰਦੇ ਆ ਵੀ ਕਦੋਂ ਇੱਕੋ ਜੇ ਕਹਿ ਸਕਦੇ ਆ ਜਦੋਂ ਉਹਨਾਂ ਦੇ ਅਰਧ ਵਿਆਸ ਬਰਾਬਰ ਹੋਣ ਠੀਕ ਹੈ ਯੂਕਲਿਡ ਦੇ ਆਪਣੇ ਪਾਸਿਉਲੇਟਸ ਨੇ ਉਹਨਾਂ ਵਿੱਚ ਵੀ ਆ ਦੋ ਸਮੰਤਰ ਰਖਾਵਾਂ ਨੂੰ ਕੱਟਦੀ ਹੋਈ ਰੇਖਾਵਾਂ ਦੇ ਸਾਰੇ ਅੰਦਰਲੇ ਕੋਣਾਂ ਦੇ ਸਮਦ ਭਾਜਕਾਂ ਨਾਲ ਬਣੀ ਕਿਰਤੀ ਦਾ ਨਾਂ ਕੀ ਹੈ ਆਇਤ ਠੀਕ ਹੈ ਸਮਾਂਤਰ ਰਖਾਵਾਂ ਨੇ ਉਹਨੂੰ ਕੱਟਦੀ ਹੋਈ ਰੇਖਾ ਦੇ ਅੰਦਰਲੇ ਕੋਣਾਂ ਦੇ ਸਮਦਭਾਜ ਅੰਦਰਲੇ ਕੋਣ ਉਹਨਾਂ ਦੇ ਸਮਦਭਾਜ ਕਾਹਨ ਜਿਹੜੀ ਕਿਰਤੀ ਬਣੂਗੀ ਉਸ ਨੂੰ ਸੁਣੀ ਕਿਹੜੀ ਬੋਲਦੇ ਆਈਤ ਜੇਕਰ ਇੱਕ ਪੁਜਾ ਤਿਰਪੋਜ ਦਾ ਕੋਣ ਬਾਕੀ ਦੇ ਦੋ ਕੋਣਾਂ ਦੇ ਜੋੜ ਦੇ ਬਰਾਬਰ ਹੋਵੇ ਠੀਕ ਹੈ ਤਿਰਪੋਜ ਦਾ ਇੱਕ ਕੋਣ ਬਾਕੀ ਦੋ ਕੋਣਾਂ ਦੇ ਜੋੜ ਦੇ ਬਰਾਬਰ ਹੋਵੇ ਤਾਂ ਉਹ ਕਿਹੜੀ ਤ੍ਰਿਪਜ ਹੋਊਗੀ ਪੱਕਾ ਸਮਕੋਣੀ ਤ੍ਰਿਪਜ ਹੋਏਗੀ ਕਿਉਂਕਿ ਇੱਕ ਕੋਣ ਤਾਂ 90 ਡਿਗਰੀ ਆ ਗਿਆ ਤਾਂ ਦੂਸਰੇ ਕੋਣਾਂ ਦੋਹਾਂ ਦਾ ਜੋੜ ਵੀ ਕਿੰਨਾ ਬਚੂਗਾ 90 ਹੀ ਬਚੂਗਾ ਅੱਗੇ ਵਰਗਮੂਲ 13 6 ਵਰਗਮੂਲ ਵਰਗਮੂਲ 13 6 ਕੀ ਹੱਲ ਆ a b a b ਮਤਲਬ a ਦੀ 2 b ਦੀ 2 13 ਦਾ ਵਰਗ ਵਰਗਮੂਲ 13 ਦਾ 13 ਆਜੂ 6 ਆਜੂ 13 ਵਿੱਚ 6 ਕੱਢ ਦਾਂਗੇ 7 ਅਨਸਰ ਆਜੂ ਠੀਕ ਹੈ ਨੈਕਸਟ ਹੈ ਸਾਰੀਆਂ ਪ੍ਰਮੇਯ ਤੇ ਅਪਰਮੇਯ ਸੰਖਿਆਵਾਂ ਨੂੰ ਇਕੱਠਾ ਕਰਨ ਤੇ ਜਿਹੜੀਆਂ ਸੰਖਿਆਵਾਂ ਬਣਦੀਆਂ ਨੇ ਵੀ ਵਾਸਤਵਿਕ ਸੰਖਿਆਵਾਂ ਪ੍ਰਮੇਯ ਤੇ ਅਪਰਮੇਯ ਦਾ ਜੋੜ ਕਹਿ ਸਕਦੇ ਇਹਨਾਂ ਨੂੰ ਇਹਦੇ ਵਿੱਚ ਆਉਂਦੀਆਂ ਨੇ ਵਾਸਤਵਿਕ ਸੰਖਿਆਵਾਂ ਜੇਕਰ ਦੋ ਸੰਖਿਆਵਾਂ ਦਾ ਸਾਂਝਾ ਗੁਨਖੰਡ ਕੋਈ ਨਾ ਹੋਵੇ ਜੇ ਸਾਂਝਾ ਗੁਨਖੰਡ ਕੋਈ ਨਾ ਹੋਵੇ ਉਹਦਾ ਮਤਲਬ ਉਹਨਾਂ ਦਾ ਮਮਸਾ ਬਾਬਾ ਕੀ ਹੈ ਵੀ 1 ਹੈ ਤਾਂ ਲਲਸਾ ਬਾਬਾ ਕੀ ਹੋਊਗਾ ਦੋਵੇਂ ਸੰਖਿਆਵਾਂ ਦੇ ਗੁਨਫਲ ਦੇ ਬਰਾਬਰ ਹੋਏ ਗੁਨਨਖੰਡ ਲਿਖਿਆ ਗਲਤ ਲਿਖਿਆ ਉਕੇ ਆਪਣੇ ਕੋਲੇ ਹੁੰਦਾ ਫਾਰਮੂਲਾ ਮਮਾ ਸਸਾ ਬਾਬਾ ਗੁਣਾ ਲਲਾ ਸਸਾ ਬਾਬਾ ਬਰਾਬਰ ਦੋ ਸੰਖਿਆਵਾਂ ਦਾ ਗੁਣਫਲ ਦਸਮੀ ਚਾ ਵੀ ਇਹ ਠੀਕ ਹੈ ਦੋ ਸੰਖਿਆਵਾਂ ਦਾ ਗੁਣਨਫਲ ਹੁਣ ਜੇ ਮਮਾ ਸਸਾ ਬਾਬਾ 1 ਹੈ ਜਿਆ 1 ਹੋ ਗਿਆ ਤਾਂ ਲਸਾ ਬਾਕੀ ਦੇ ਬਰਾਬਰ ਹੋ ਜੂ ਦੋ ਸੰਖਿਆਵਾਂ ਦੀ ਗੁਣਾ ਦੇ ਬਰਾਬਰ ਦੋ ਚੱਕਰ ਸਪਰਸ਼ ਨਾ ਕਰਦੇ ਹੁਣ ਤਾਂ ਸਾਂਝੀਆਂ ਸਪਰਸ਼ ਰਕਮਾਂ ਦੀ ਗਿਣਤੀ ਕਿੰਨੀ ਬਣੂਗੀ ਠੀਕ ਹੈ ਇਹ ਦੋ ਚੱਕਰ ਨੇ ਜਿਹੜੇ ਇੱਕ ਦੂਜੇ ਨੂੰ ਛੁਪਾਰਸ਼ ਨਹੀਂ ਕਰ ਰਹੇ ਤਾਂ ਛੁਪਾਰਸ਼ ਰਖਾਵਾਂ ਦੀ ਗਿਣਤੀ ਸਾਂਝੀਆਂ ਦੀ ਗਿਣਨੀ ਬਣੂਗੀ ਦੇਖੋ ਵੀ ਇੱਕ ਤਾਂ ਇਹ ਬਣ ਜੂਗੀ ਠੀਕ ਹੈ ਪਗ ਗਿਣਦੇ ਹਾਂ ਦੋ ਠੀਕ ਹੈ ਕਿਹ ਬਣ ਜੂ ਤਿੰਨ ਇੱਕ ਬਣ ਜੂ ਚਾਰ ਤਾਂ ਸਾਂਝੀਆਂ ਛੁਪਾਰਸ਼ ਰਖਾਵਾਂ ਦੀ ਗਿਣਤੀ ਕਿੰਨੀ ਬਣ ਜੂਗੀ ਵੀ ਚਾਰ ਬਣ ਜੂਗੀ ਕਲੀਅਰ ਸਮਰੂਪ ਤ੍ਰਿਪੰਜਾਂ ਦੇ ਖੇਤਰਫਲਾਂ ਦਾ ਅਨੁਪਾਤ ਮੋਸਟ ਇੰਪੋਰਟੈਂਟ ਹੁਨ ਸਾਰੀ ਭੁਜਾਵਾਂ ਦੇ ਵਰਗਾਂ ਦੇ ਅਨੁਪਾਤ ਦੇ ਬਰਾਬਰ ਹੁੰਦਾ ਹੈ ਇਹ ਆਪਣੇ 10ਵੀਂ ਦੇ ਵਿੱਚ ਥਿਉਰਮ ਵੀ ਹੈ ਬਹੁਪਾਦ ਦੇ ਹਰੇਕ ਪਦ ਵਿੱਚ ਚਲਦੀ ਘਾਤ ਕਿਹੜੀ ਸੰਖਿਆ ਹੁੰਦੀ ਹੈ ਵੀ ਪੂਰਨ ਸੰਖਿਆ ਹੁੰਦੀ ਹੈ ਮਤਲਬ 0 ਹੁੰਦੀ ਹੈ ਜਾਂ 0 ਤੋਂ ਵੱਡੀ ਸੰਖਿਆ ਹੁੰਦੀ ਹੈ ਮਾਈਨਸ ਦੇ ਵਿੱਚ ਜਾਂ ਫ੍ਰੈਕਸ਼ਨ ਦੇ ਵਿੱਚ ਭਿੰਨ ਦੇ ਵਿੱਚ ਬਹੁਪਾਦ ਦੀ ਘਾਤ ਨਹੀਂ ਹੁੰਦੀ 8 ਸੈਂਟੀਮੀਟਰ ਪੂਜਾ ਵਾਲੇ ਘਣ ਦਾ ਆਇਤਨ ਕਿ ਬਣੂਗਾ ਘਣ ਦਾ ਆਇਤਨ ਪੂਜਾ 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 ਤਿੰਨ ਵਾਰੀ 8 8 64 ਆਠਾ 512 ਘਣ ਸੈਂਟੀਮੀਟਰ ਠੀਕ ਹੈ ਜੀ ਨੈਕਸਟ ਹੈ ਚਤਰਪੋਜ ਦੇ ਮੱਧ ਬਿੰਦੂਆਂ ਵਾਲੇ ਰੇਖਾਖੰਡਾਂ ਤੋਂ ਬਣੀ ਕਿਰਤੀ ਕੀ ਹੁੰਦੀ ਹੈ ਸਮਾਂਤਰ ਚਤਰਪੋਜ ਇਹ ਵੀ ਆਪਾਂ ਪਹਿਲਾਂ ਕਰ ਚੁੱਕੇ 7 24 25 ਕਿਹੜਾ ਤ੍ਰਿਗੋਟ ਹੈ ਪਾਈਥਾਗੋਰিয়ান ਤ੍ਰਿਗੋਟ ਪਾਈਥਾਗੋਰਸ ਤ੍ਰਿਗੋਟ ਕਿਉਂਕਿ ਇਹਦੇ ਤੇ ਪਾਈਥਾਗੋਰਸ ਥੀਰਮ ਲੱਗਦੀ ਹੈ ਵੀ 7 ਦਾ ਵਰਗ ਕਰਾਂਗੇ 49 24 ਦਾ ਵਰਗ ਕਰਾਂਗੇ 576 ਦੋਵਾਂ ਦਾ ਜੋੜ ਕਰ ਦਾਂਗੇ 625 ਆ ਜੂਗਾ ਜਿਹੜਾ ਕਿ 25 ਦਾ ਵਰਗ ਠੀਕ ਹੈ ਸਮਕੋਣ ਸਮ ਦੋ ਪੁਜੀ ਤੇ ਕੋ ਸਮਕੋਣ ਵੀ ਸਮ ਦੋ ਪੁਜੀ ਵੀ ਸਮ ਦੋ ਪੁਜੀ ਆ ਤਾਂ ਦੋ ਕੋਣ ਬਰਾਬਰ ਹੋਣਗੇ ਸਮਕੋਣ ਆ ਤਾਂ ਇੱਕ ਕੋਣ 90 ਡਿਗਰੀ ਹੋਊਗਾ ਤਾਂ ਕੀ ਹੋਊ ਫਿਰ 90 45 45 ਠੀਕ ਹੈ ਯੂਕਲਿਡ ਦੁਆਰਾ ਰਚਿਤ ਗ੍ਰੰਥ ਦਾ ਕੀ ਨਾਮ ਹੈ ਵੀ ਕੀ ਨਾਮ ਹੈ 엘িমੈਂਟਸ ਠੀਕ ਹੈ ਕਿਹੜਾ ਰਚਿਆ ਸੀ ਉਸਨੇ ਗ੍ਰੰਥ 엘িমੈਂਟਸ ਇਹ ਨੌਵੀਂ ਦੇ ਮੈਥ ਦੇ ਵਿੱਚ ਹੈ ਯੂਕਲਿਡ ਦੀ ਜਮਾਤੀ ਬਾਰੇ ਜਾਣ ਪਛਾਨ ਚੈਪਟਰ ਦੇ ਵਿੱਚ ਯੂਕਲਿਡ ਦੁਆਰਾ ਰਚਿਤ ਗ੍ਰੰਥ ਜਾਨੀ ਕਿ ਐਲੀਮੈਂਟਸ ਦੇ ਵਿੱਚ ਕਿੰਨੇ ਅਧਿਆਏ ਨੇ ਵੀ 13 ਅਧਿਆਏ ਨੇ ਠੀਕ ਹੈ ਪਾਈ ਦਾ ਮੁੱਲ ਦਸ਼ਮਲਵ ਦੇ 5 ਸਥਾਨਾਂ ਤੱਕ 3.14159 ਤਾਂ ਇੰਨੇ 5 ਸਥਾਨਾਂ ਤੱਕ ਬਣ ਜਾਊਗਾ ਨੈਕਸਟ ਕੋਣ ਮਿਤੀ ਵਿੱਚ ਵਰਤੇ ਜਾਂਦੇ ਸ਼ਬਦ ਸਾਈਨ ਦੀ ਸਭ ਤੋਂ ਪਹਿਲਾਂ ਵਰਤੋਂ ਕਿਸ ਨੇ ਕੀਤੀ ਇਹਨੇ ਕੀਤੀ ਵੀ ਆਰਿਆ ਪਟਨੇ ਕਿਸੇ ਬਹੁਪਾਦ ਦੇ ਤਿੰਨ ਹੱਲ ਹਨ ਤਾਂ ਸਿੱਧੀ ਘਾਤ ਕਿੰਨੀ ਹੈ 3 ਜਿੰਨੇ ਹੱਲ ਓਨੀ ਉਸ ਦੀ ਘਾਤ ਹੋਗੀ ਸਿੱਧੀ ਰੇਖਾ ਲਈ ਯੂਕਲਿਡ ਦੀ ਧਾਰਨਾ ਕੀ ਹੈ ਵੀ ਸਿੱਧੀ ਰੇਖਾ ਲਈ ਇੱਕ ਬਿੰਦੂ ਤੋਂ ਕਿਸੇ ਦੂਸਰੇ ਬਿੰਦੂ ਤੱਕ ਇੱਕ ਹੋਰ ਸਿੱਧੀ ਰੇਖਾ ਖਿੱਚੀ ਜਾ ਸਕਦੀ ਮੰਨ ਲਓ ਇੱਥੇ ਬਿੰਦੂ ਹੋ ਗਿਆ ਇੱਕ ਇਹ ਰੇਖਾ ਜਿਹੜੀ ਇਹਨਾਂ ਦੇ ਵਿਚਕਾਰ ਖਿੱਚੀ ਜਾ ਸਕਦੀ ਹੈ ਸਿੱਧੀ ਰੇਖਾ ਠੀਕ ਹੈ ਸਮਕੋਣ ਲਈ ਯੂਕਲਿਡ ਦੀ ਧਾਰਨਾ ਕੀ ਹੈ ਸਾਰੇ ਸਮਕੋਣ ਇੱਕ ਦੂਜੇ ਦੇ ਬਰਾਬਰ ਹੁੰਦੇ ਹਨ ਠੀਕ ਹੈ ਬੇਟਾ ਇਹ ਆਪਾਂ ਕੁਝ ਕੁਵੈਸਚਨ ਤੁਹਾਡੇ ਨਾਲ 9ਵੀਂ 10ਵੀਂ ਦੇ ਮੈਚ ਦੇ ਵਿੱਚੋਂ ਡਿਸਕਸ ਕੀਤੇ ਆ ਬਾਕੀ ਇਹਦੇ ਨਾਲ ਦੇ ਕੁਐਸਚਨ ਤੁਸੀਂ ਬੁੱਕ ਦੇ ਵਿੱਚੋਂ ਵੀ ਰੀਡ ਕਰਨੇ ਆ ਠੀਕ ਹੈ ਜੀ ਥੈਂਕ ਯੂ ਬਟਾ